इनका एक जिसकी मुसान नानकियों संग मोहे उदारो नानकियों संग मोहे उदारो किनका एक जिस जीव सावे किनका एक जिस जीव सावे ताकि महिमा गणी न आवे ताकि महिमा गणी न आवे वाहे गुरु 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 इनका एक जिस जीव सावे 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 इनका एक जिस जीव बसावे बसावे इनका वाहे कखर बाणी दे नाल जुड़ जाओ बलाओ फते वाहे गुरु जी का खालसा वाहे गुरु जी की फतेह धन गुरु नानक ए सन गुरमुख प्यारे भाई साहब भाई गुरप्रीत सिंह जी फरीदकोट वाले आओ गुरु प्यारे बाबा नानक सिंह जी उस सतगुरु के दरबार में हाजरी लवा रहे ने संगत के सन्मुख हो के आओ सारे सरवण करिए प्यार ते सत्कार दे नाल उपरंत जिन्ने जथे ने उन्होंने हाजरी लवानी है और फिर प्यारे बाबा जी वो भी पहुँचने वाले ने उन्होंने अपना समा लाना है आओ गुरु प्यारे सतगुरु की हजूरी में हाजरी लवा रहे हैं धन गुरु नानक बंदे नू तार दे सेवा ते सिमरन दोवें 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 बंदे नू तार दे 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 सेवा ते सिमरन दोवें
ਬੰਦੇ ਨੂੰ ਤਾਰ ਦੇ ਸੇਵਾ ਤੇ ਸਿਮਰਨ ਦੋਵੇਂ ਬੰਦੇ ਨੂੰ ਤਾਰ ਦੇ ਸੇਵਾ ਤੇ ਸਿਮਰਨ ਦੋਵੇਂ ਬੰਦੇ ਨੂੰ ਤਾਰ ਦੇ ਸੇਵਾ ਤੇ ਸਿਮਰਨ ਦੋਵੇਂ ਗੁਰੂ ਪਿਆਰੀ ਸਾਧ ਸੰਗਤ ਜੀ ਜਿਸ ਤਰ੍ਹਾਂ ਪੰਛੀ ਇੱਕ ਖੰਭ ਦੇ ਨਾਲ ਨਹੀਂ ਉੱਡ ਸਕਦਾ ਦੋ ਖੰਭਾਂ ਦੀ ਜ਼ਰੂਰਤ ਹੈ ਆ ਭਾਵ ਸਾਗਰ ਤੋਂ ਤਰਨ ਵਾਸਤੇ ਮਨੁੱਖ ਨੂੰ ਦੋ ਖੰਭਾਂ ਦੀ ਸੇਵਾ ਅਤੇ ਸਿਮਰਨ ਬਾਬਾ ਜੀ ਬਚਨ ਕਰਦੇ ਸਨ ਕਹਿੰਦੇ ਇਕੱਲਾ ਸਿਮਰਨ ਕਰੇਗਾ ਸੇਵਾ ਨਾਲ ਨਹੀਂ ਕਰੇਗਾ ਮਨ ਹੰਕਾਰੀ ਹੋ ਜਾਏਗਾ ਕਿਸੇ ਰਿਸ਼ੀ ਨੇ ਤਪ ਕੀਤਾ ਬੜਾ ਤਪ ਕੀਤਾ ਅਤੇ ਜਦੋਂ ਨਿਰੰਕਾਰ ਭਗਵਾਨ ਜੀ ਖੁਸ਼ ਹੋਏ ਕਹਿਣ ਲੱਗੇ ਭਾਈ ਮੰਗ ਕੀ ਮੰਗਦਾ ਕਹਿਣ ਲੱਗਾ ਜੀ ਜੋ ਮੇਰਾ ਬਣਦਾ ਮੈਨੂੰ ਦੇ ਦਿਓ ਜੋ ਮੇਰਾ ਬਣਦਾ ਮੈਂ ਬੰਦਗੀ ਕੀਤੀ ਹੈ ਮੈਂ ਤਪ ਕੀਤਾ ਹੈ ਮੈਨੂੰ ਦੇ ਦਿਓ ਉਸ ਵੇਲੇ ਉਹ ਸਿੱਲ ਪ੍ਰਗਟ ਹੋ ਗਈ ਜਿਹਦੇ ਉੱਤੇ ਬੈਠ ਕੇ ਬੰਦਗੀ ਕੀਤੀ ਸੀ ਕਹਿੰਦੇ ਜਿਹੜੀ ਸਿੱਲ 'ਤੇ ਬੈਠ ਕੇ ਤੂੰ ਇੰਨਾ ਸਮਾਂ ਬੰਦਗੀ ਕੀਤੀ ਏ ਪਹਿਲੇ ਇਹਨੂੰ ਸਿਰ 'ਤੇ ਰੱਖ ਲੈ ਅਤੇ ਓਨਾ ਚਿਰ ਖੜ੍ਹਾ ਰਹਿ ਪਹਿਲੇ ਇਹਦਾ ਹਿਸਾਬ ਕਿਤਾਬ ਦੇ ਦੇ ਅਤੇ ਫਿਰ ਤੇਰਾ ਹਿਸਾਬ ਅਸੀਂ ਕਰਾਂਗੇ ਮੇਰੇ ਕਹਿਣ ਤੋਂ ਭਾਵ ਗੁਰੂ ਪਿਆਰੀ ਸਾਧ ਸੰਗਤ ਜੀ ਜੇ ਇਕੱਲਾ ਜਪ ਤਪ ਕਰਾਂਗੇ ਸੇਵਾ ਨਾਲ ਨਹੀਂ ਹੋਵੇਗਾ ਮਨ ਹੰਕਾਰੀ ਹੋ ਜਾਏਗਾ ਅਤੇ ਰਾਤ ਵੀ ਮੈਂ ਬੇਨਤੀ ਕੀਤੀ ਸੀ ਸੇਵਾ ਪੁੱਤਰ ਵਾਸਤੇ ਮਾਤਾ ਪਿਤਾ ਦੀ ਸੇਵਾ ਇਸਤਰੀ ਵਾਸਤੇ ਪਤੀ ਦੀ ਸੇਵਾ ਅਤੇ ਸਿੱਖ ਵਾਸਤੇ ਗੁਰੂ ਦੀ ਸੇਵਾ ਇਹ ਤਿੰਨ ਸੇਵਾ ਪ੍ਰਧਾਨ ਪ੍ਰਵਾਨ ਨੇ ਧੰਨ ਬਾਬਾ ਆਨੰਦ ਸਿੰਘ ਜੀ ਆ ਮਹਾਂਪੁਰਸ਼ਾਂ ਦੀ ਆਪਾਂ ਸੰਗਤ ਵਿੱਚ ਬੈਠੇ ਹਾਂ ਅਤੇ ਪਿਆਰਿਓ ਸਾਧੂ ਦੀ ਸੰਗਤ ਤਾਰ ਦੀ ਹੈ ਤਾਰ ਦੀ ਮਹਾਂਪੁਰਸ਼ਾਂ ਦੇ ਕੋਲੇ ਕੌਤਕ ਹੁੰਦੇ ਸੀ ਧੰਨ ਬਾਬਾ ਮਹਾਰਨਾਮ ਸਿੰਘ ਜੀ ਕੋਲੇ ਇੱਕ ਕੌਤਕ ਹੋਣਾ ਅਤੇ ਸਾਰੀ ਸੰਗਤ ਦੇ ਸਵਾਲ ਹੱਲ ਹੋ ਜਾਣੇ ਧੰਨ ਬਾਬਾ ਆਨੰਦ ਸਿੰਘ ਜੀ ਕੋਲੇ ਸੰਗਤ ਨੇ ਬੈਠੇ ਹੋਣਾ ਇੱਕ ਨੇ ਸਵਾਲ ਕਰਨਾ ਸਾਰੀ ਸੰਗਤ ਦੇ ਸੰਸੇ ਹੱਲ ਹੋ ਜਾਣੇ ਬਾਬਾ ਜੀ ਦੇ ਚਰਨਾਂ ਵਿੱਚ ਇੱਕ ਭਾਈ ਚਾਨਣ ਸਿੰਘ ਕੌਂਕੇ ਕਲਾਂ ਦਾ ਆਇਆ ਰੋਜ਼ ਗੱਲਾਂ ਕਰਦਾ ਸੀ ਕਹਿੰਦੇ ਬਾਬੇ ਫੋਟੋਆਂ ਨੂੰ ਮੱਥੇ ਟਿਕਾਈ ਜਾਂਦੇ ਨੇ ਇਹ ਪਖੰਡ ਹੈ ਕਹਿੰਦਾ ਇੱਕ ਦਿਨ ਜਾ ਕੇ ਮੈਂ ਆਪ ਗੱਲ ਕਰਾਂਗਾ ਇੱਕ ਦਿਨ ਸਮਾਂ ਬਣਿਆ ਅਤੇ ਦੀਵਾਨ ਇਸੇ ਤਰ੍ਹਾਂ ਲੱਗਿਆ ਸੀ ਰਾਗੀ ਸਿੰਘ ਕੀਰਤਨ ਕਰ ਰਹੇ ਅਤੇ ਆ ਕੇ ਸੰਗਤ ਦੇ ਪਿਛਲੇ ਪਾਸੇ ਬੈਠ ਗਿਆ ਮਹਾਂਪੁਰਸ਼ਾਂ ਨੇ ਰਾਗੀ ਸਿੰਘਾਂ ਨੂੰ ਇਸ਼ਾਰਾ ਦਿੱਤਾ ਰਾਗੀ ਸਿੰਘ ਚੁੱਪ ਕਰ ਗਏ ਅਤੇ ਮਹਾਂਪੁਰਸ਼ ਕਹਿਣ ਲੱਗੇ ਭਾਈ ਜਿਹਨੇ ਸਾਡੇ ਨਾਲ ਗੱਲ ਕਰਨੀ ਹੈ ਉੱਠ ਕੇ ਕਰ ਲਵੇ ਜਿਹੜਾ ਘਰੋਂ ਸਾਡੇ ਨਾਲ ਗੱਲ ਕਰਨ ਆਇਆ ਹੈ ਵੀ ਇੱਥੇ ਬੁੱਤਾਂ ਦੀ ਪੂਜਾ ਹੁੰਦੀ ਹੈ ਫੋਟੋਆਂ ਦੀ ਪੂਜਾ ਕਰਦੇ ਨੇ ਜਿਹਨੇ ਸਾਡੇ ਨਾਲ ਗੱਲ ਕਰਨੀ ਹੈ ਭਾਈ ਉੱਠ ਕੇ ਕਰ ਲਵੇ ਨਾ ਉੱਠਿਆ ਦੁਬਾਰਾ ਰਾਗੀ ਸਿੰਘਾਂ ਨੂੰ ਬਾਬਾ ਜੀ ਨੇ ਇਸ਼ਾਰਾ ਦੇ ਦਿੱਤਾ ਰਾਗੀ ਸਿੰਘਾਂ ਨੇ ਕੀਰਤਨ ਸ਼ੁਰੂ ਕੀਤਾ ਪੰਜ ਸੱਤ ਦਸ ਮਿੰਟਾਂ ਤੋਂ ਬਾਅਦ ਫਿਰ ਇਸ਼ਾਰਾ ਦਿੱਤਾ ਰਾਗੀ ਸਿੰਘ ਚੁੱਪ ਕਰ ਗਏ ਹੁਣ ਫਿਰ ਬਾਬਾ ਜੀ ਨੇ ਬਚਨ ਕੀਤਾ ਭਾਈ ਕਈ ਬੁੱਧੂ ਘਰੋਂ ਚੱਲ ਕੇ ਆ ਜਾਂਦੇ ਨੇ ਵੀ ਮਹਾਂਪੁਰਸ਼ਾਂ ਨਾਲ ਗੱਲ ਕਰਨੀ ਹੈ ਵੀ ਇਹ ਮੂਰਤੀ ਪੂਜਾ ਹੈ ਇਹ ਪਖੰਡ ਹੈ ਕਹਿੰਦੇ ਭਾਈ ਜਿਹਨੇ ਸਾਡੇ ਨਾਲ ਗੱਲ ਕਰਨੀ ਹੈ ਉੱਠ ਕੇ ਗੱਲ ਕਰ ਲਵੇ ਫਿਰ ਵੀ ਨਾ ਉੱਠਿਆ ਤੀਸਰੀ ਵਾਰੀ ਫਿਰ ਇਸ਼ਾਰਾ ਦਿੱਤਾ ਰਾਗੀ ਸਿੰਘਾਂ ਨੇ ਕੀਰਤਨ ਸ਼ੁਰੂ ਕਰ ਦਿੱਤਾ ਹੁਣ ਫਿਰ ਰਾਗੀ ਸਿੰਘਾਂ ਨੂੰ ਬਾਬਾ ਜੀ ਨੇ ਇਸ਼ਾਰਾ ਦਿੱਤਾ ਰਾਗੀ ਸਿੰਘ ਚੁੱਪ ਕਰ ਗਏ ਹੁਣ ਬਾਬਾ ਜੀ ਇਸ਼ਾਰਾ ਕੀਤਾ ਅਤੇ ਹੱਥ ਦੇ ਨਾਲ ਇੰਜ ਕਰਕੇ ਬੁਲਾ ਲਿਆ ਕਹਿੰਦੇ ਆ ਭਾਈ ਉਰੇ ਆ ਭਾਈ ਤੇਰਾ ਨਾਮ ਕੀ ਏ ਕਿੱਥੋਂ ਆਇਆ ਏ ਦੱਸਿਆ ਨਾਮ ਮੇਰਾ ਨਾਮ ਬਾਬਾ ਜੀ ਚਾਨਣ ਸਿੰਘ ਏ ਕੌਂਕੇ ਕਲਾਂ ਤੋਂ ਆਇਆ ਮਹਾਂਪੁਰਸ਼ ਕਹਿਣ ਲੱਗੇ ਤੇਰੀ ਅਜੇਬ ਵਿੱਚ ਕੀ ਏ ਬਾਬਾ ਜੀ ਬਟੂਆ ਏ ਕਹਿੰਦੇ ਭਾਈ ਬਟੂਆ ਬਾਹਰ ਕੱਢ ਬਟੂਆ ਬਾਹਰ ਕਢਾਇਆ ਬਾਬਾ ਜੀ ਨੇ ਹੱਥਾਂ ਦੇ ਨਾਲ ਫਰੋਲਿਆ
ਵਿੱਚ ਘਰ ਵਾਲੀ ਦੀ ਫੋਟੋ ਸੀ ਤੇ ਕਹਿਣ ਮਹਾਂਪੁਰਸ਼ ਕਹਿਣ ਲੱਗੇ ਭਾਈ ਆਹ ਫੋਟੋ ਕਿਹਦੀ ਹੈ? ਕਹਿੰਦਾ ਬਾਬਾ ਜੀ ਮੇਰੀ ਘਰ ਵਾਲੀ ਦੀ ਹੈ। ਮਹਾਂਪੁਰਸ਼ ਕਹਿਣ ਲੱਗੇ ਭਾਈ ਆਹ ਫੋਟੋ ਫਿਰ ਕਿਉਂ ਰੱਖੀ ਹੈ? ਇਹ ਫੋਟੋ ਕਿਉਂ ਰੱਖੀ ਹੈ? ਬਾਬਾ ਜੀ ਮੇਰੀ ਘਰ ਵਾਲੀ ਨਾਲ ਮੇਰਾ ਪ੍ਰੇਮ ਹੀ ਬੜਾ ਹੈ ਬਾਬਾ ਜੀ, ਮੈਂ ਤੇ ਤਾਂ ਰੱਖੀ ਹੈ। ਕਹਿੰਦੇ ਬੁੱਧੂ ਜੇ ਤੈਨੂੰ ਘਰ ਵਾਲੀ ਨਾਲ ਪ੍ਰੇਮ ਹੈ ਤੂੰ ਘਰ ਵਾਲੀ ਦੀ ਫੋਟੋ ਆਪਣੇ ਪੋਕਟ ਵਿੱਚ ਆਪਣੇ ਪਰਸ 'ਚ ਰੱਖ ਸਕਦਾ, ਬਟੂਏ 'ਚ ਰੱਖ ਸਕਦਾ ਹੈ, ਅਸੀਂ ਆਪਣੇ ਗੁਰੂ ਨਾਨਕ ਦਾ ਸਰੂਪ ਸਾਹਮਣੇ ਨਹੀਂ ਲਾ ਸਕਦੇ? ਜੇ ਤੈਨੂੰ ਤੇਰੀ ਘਰ ਵਾਲੀ ਨਾਲ ਪ੍ਰੇਮ ਹੈ ਤੂੰ ਜੇਬ ਵਿੱਚ ਘਰ ਵਾਲੀ ਦੀ ਫੋਟੋ ਰੱਖ ਸਕਦਾ ਹੈ ਤੇ ਅਸੀਂ ਆਪਣੇ ਗੁਰੂ ਨਾਨਕ ਦਾ ਸਰੂਪ ਫੋਟੋ ਨਹੀਂ ਲਾ ਸਕਦੇ? ਚਰਨਾਂ ਤੇ ਡਿੱਗ ਪਿਆ ਕਹਿਣ ਲੱਗਾ ਬਾਬਾ ਜੀ ਭੁੱਲ ਹੋ ਗਈ, ਭੁੱਲ ਹੋ ਗਈ। ਗੁਰੂ ਪਿਆਰੀ ਸਾਧ ਸਿੰਘ ਜੀ ਕੌਤਕ ਇੱਕ ਦਾ ਵਰਤਦਾ ਸੀ, ਬਚਨ ਇੱਕ ਨਾਲ ਹੁੰਦੇ ਸੀ, ਸੰਸਾਰੀ ਸੰਗਤ ਦੇ ਹੱਲ ਮਹਾਂਪੁਰਸ਼ ਕਰ ਦਿੰਦੇ ਸੀ। ਰਾਤ ਦਾ ਸਮਾਂ 11 ਵਜੇ, ਜਿਵੇਂ ਹੁਣ 11 ਵਜੇ ਨੇ, ਬਾਬਾ ਜੀ ਦੇ ਗੇਟ ਦੇ ਬਾਹਰ ਰੌਲਾ ਪੈ ਗਿਆ। ਮਹਾਂਪੁਰਸ਼ਾਂ ਨੇ ਕੇਹਰ ਸਿੰਘ ਨੂੰ ਕਹਿਣ ਲੱਗੇ ਬਾਬਾ ਜੀ ਰੌਲਾ ਕਾਹਦਾ ਹੈ? ਬਾਬਾ ਜੀ ਕਹਿਣ ਲੱਗੇ ਬਾਹਰ ਰੌਲਾ ਕਾਹਦਾ ਹੈ? ਬਾਬਾ ਜੀ ਕੋਈ ਚੰਨਣ ਸਿੰਘ ਤੁਹਾਡੇ ਪਿੰਡ ਸ਼ੇਰਪੁਰੇ ਦਾ ਆਇਆ ਹੈ ਤੇ ਕਹਿੰਦਾ ਮੈਂ ਹੁਣੇ ਹੀ ਦਰਸ਼ਨ ਕਰਨੇ ਨੇ, ਆ ਕੇ ਰੌਲਾ ਪਾ ਦਿੱਤਾ। ਕਹਿੰਦਾ ਮਹਾਂਪੁਰਸ਼ਾਂ ਦੇ ਦਰਸ਼ਨ ਕਰਨੇ ਨੇ, ਮੈਂ ਬੇਨਤੀ ਕਰਨੀ ਹੈ। ਪਹਿਰੇਦਾਰ ਲੱਦਾ ਸਿੰਘ ਤੇ ਨਾਲ ਹੀ ਭਾਈ ਕੇਹਰ ਸਿੰਘ ਕਹਿਣ ਲੱਗੇ ਬਈ ਆਹ ਮਹਾਂਪੁਰਸ਼ਾਂ ਨੇ ਹੁਣ 1 ਘੰਟਾ ਆਰਾਮ ਕਰਨਾ ਹੈ, 1 ਘੰਟੇ ਬਾਅਦ ਉੱਠ ਕੇ 12 ਵਜੇ ਬਾਬਾ ਜੀ ਨੇ ਇਸ਼ਨਾਨ ਕਰਨਾ ਹੈ, 12:15 ਬਾਬਾ ਜੀ ਇਸ਼ਨਾਨ ਕਰਦੇ ਸੀ। ਕਹਿੰਦੇ ਭਾਈ ਹੁਣ ਬਚਨ ਕਰਨ ਦਾ ਸਮਾਂ ਨਹੀਂ। ਉਹ ਕਹਿਣ ਲੱਗਾ ਸਾਡੇ ਪਿੰਡ ਦੇ ਮਹਾਂਪੁਰਸ਼ ਸਾਡੇ ਬਾਬਾ ਜੀ ਕਹਿੰਦੇ ਤੁਸੀਂ ਮਾਲਕ ਬਣ ਕੇ ਬਹਿ ਗਏ ਹੋ। ਕਹਿੰਦੇ ਮੈਂ ਤੇ ਦਰਸ਼ਨ ਕਰਕੇ ਜਾਣੇ ਨੇ, ਮੈਂ ਤੇ ਬੇਨਤੀ ਕਰਕੇ ਜਾਣੀ ਹੈ। ਬਾਬਾ ਜੀ ਅੰਦਰ ਸੁਣ ਰਹੇ ਨੇ ਤੇ ਨਾਲੇ ਮੁਸਕਰਾ ਰਹੇ ਨੇ। ਕੇਹਰ ਸਿੰਘ ਨੂੰ ਕਹਿਣ ਲੱਗੇ ਭਾਈ ਕੌਣ ਹੈ? ਬਾਬਾ ਜੀ ਤੁਹਾਡੇ ਪਿੰਡ ਦਾ ਕੋਈ ਚੰਨਣ ਸਿੰਘ ਏ, ਜਿੱਦ ਕਰਕੇ ਬੈਠਾ ਵੀ ਮੈਂ ਤੇ ਹੁਣੇ ਹੀ ਦਰਸ਼ਨ ਕਰਨੇ ਨੇ। ਮਹਾਂਪੁਰਸ਼ ਕਹਿਣ ਲੱਗੇ ਚੰਗਾ ਭਾਈ ਅੰਦਰ ਆਉਣ ਦਿਓ। ਅੰਦਰ ਆਇਆ ਗੁਰੂ ਪਿਆਰੀ ਸਾਧ ਸਿੰਘ ਜੀ। ਮਹਾਂਪੁਰਸ਼ ਕਹਿਣ ਲੱਗੇ ਚੰਨਣਾ ਕਿਉਂ ਰੌਲਾ ਪਾਇਆ ਈ? ਬਾਬਾ ਜੀ ਕਿਹੋ ਜਿਹੇ ਬੰਦੇ ਤੁਸੀਂ ਬੂਹੇ ਅੱਗੇ ਖੜਾਏ ਨੇ? ਸਾਡੇ ਬਾਬਾ ਜੀ, ਬਾਬਾ ਜੀ ਅਸੀਂ ਤੁਹਾਡੇ ਪਿੰਡ ਦੇ, ਇਹ ਸਾਨੂੰ ਤੇ ਲਾਗੇ ਹੀ ਨਹੀਂ ਲੱਗਣ ਦਿੰਦੇ। ਮਹਾਂਪੁਰਸ਼ ਕਹਿਣ ਲੱਗੇ ਚੰਨਣਾ ਕੀ ਕਹਿੰਦਾ? ਬਾਬਾ ਜੀ ਮੈਂ ਬੇਨਤੀ ਕਰਨ ਆਇਆ ਹਾਂ, ਮੈਂ ਘਰ ਵਿੱਚ ਬੜੀਆਂ ਮੱਝਾਂ ਲਿਆਂਦੀਆਂ, ਬੜੀਆਂ ਗਊਆਂ ਲਿਆਂਦੀਆਂ, ਪਰ ਬਾਬਾ ਜੀ ਬੱਚਿਆਂ ਨੂੰ ਦੁੱਧ ਪੀਣ ਨੂੰ ਨਸੀਬ ਨਹੀਂ ਹੁੰਦਾ। ਜਿਹੜੀ ਵੀ ਮੱਝ ਲਿਆਉਣਾ ਭਾਵੇਂ ਮੈਂ ਕਿੰਨੀ ਮਹਿੰਗੀ ਲੈ ਆਵਾਂ, ਬਾਬਾ ਜੀ 8 ਦਿਨ ਮਿਲਦੀ ਏ, 9ਵੇਂ ਦਿਨ 1 ਡੰਗ ਹੋ ਜਾਂਦੀ ਏ, 15ਵੇਂ ਦਿਨ ਦੋਵੇਂ ਟਾਈਮ ਤੋਂ ਛੁੱਟੀ ਕਰਕੇ ਭੱਜ ਜਾਂਦੀ ਏ। ਮਹਾਂਪੁਰਸ਼ ਗੁਰੂ ਪਿਆਰੀ ਸਾਧ ਸਿੰਘ ਜੀ ਕਹਿਣ ਲੱਗੇ ਧੰਨ ਬਾਬਾ ਆਨੰਦ ਸਿੰਘ ਜੀ, ਚੰਨਣਾ ਤੂੰ ਸੇਵਾ ਨਹੀਂ ਕਰਦਾ ਹੋਣਾ, ਤੇਰੇ ਵਿੱਚ ਕੋਈ ਕਸਰ ਹੋਣੀ ਏ, ਤੇਰੇ ਵਿੱਚ ਕੋਈ ਕਸੂਰ ਹੋਣਾ ਹੈ। ਬਾਬਾ ਜੀ ਮੈਂ 2 ਟਾਈਮ ਪੱਠੇ ਪਾਉਣਾ ਹਾਂ, 1 ਟਾਈਮ ਮੈਂ ਸੰਨੀ ਰਲਾਉਣਾ ਦਾਣਾ ਰਲਾਉਂਦਾ ਹਾਂ, ਬਾਬਾ ਜੀ ਮੈਂ 2 ਟਾਈਮ ਪਾਣੀ ਡਾਉਣਾ ਹਾਂ। ਬਾਬਾ ਜੀ ਮਹਾਂਪੁਰਸ਼ ਕਹਿਣ ਲੱਗੇ ਫਿਰ ਕੋਈ ਹੋਰ ਕਸਰ ਹੋਣੀ ਹੈ? ਬਾਬਾ ਜੀ ਮੇਰਾ ਕੰਮ ਤੇ ਪੱਠੇ ਪਾਉਣਾ ਹੈ, ਦਾਣਾ ਰਲਾਉਣਾ ਹੈ, ਦੁੱਧ ਦੇਣਾ ਤੇ ਫਿਰ ਮੱਝ ਦਾ ਕੰਮ ਹੈ। ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ ਭਾਈ ਕੋਈ ਹੋਰ ਤੇਰੇ ਵਿੱਚ ਨੁਕਸ ਹੋਣਾ ਹੈ? ਬਾਬਾ ਜੀ ਮੇਰੇ ਵਿੱਚ ਕੀ ਨੁਕਸ ਹੋਣਾ ਹੈ? ਧੰਨ ਬਾਬਾ ਆਨੰਦ ਸਿੰਘ ਜੀ। ਗੁਰੂ ਪਿਆਰੀ ਸਾਧ ਸਿੰਘ ਜੀ ਕਹਿਣ ਲੱਗੇ ਕਹਿੰਦੇ ਘਰ ਵਿੱਚ ਮਾਂ ਪਿਓ ਹੈਗਾ ਹੀ? ਘਰ ਵਿੱਚ ਮਾਂ ਪਿਓ ਹੈਗਾ ਹੀ? ਕਹਿੰਦਾ ਬਾਬਾ ਜੀ ਪਿਤਾ ਤੇ ਚੜ੍ਹਾਈ ਕਰ ਗਿਆ ਹੈ ਤੇ ਮਾਂ ਘਰ ਵਿੱਚ ਹੈ। ਧੰਨ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ ਕਹਿੰਦੇ ਚੰਨਣਾ ਫਿਰ ਕਦੇ ਮਾਂ ਨੂੰ ਵੀ ਦੁੱਧ ਪਿਆਇਆ ਈ? ਓਏ ਚੰਨਣਾ ਕਦੇ ਮਾਂ ਨੂੰ ਵੀ ਦੁੱਧ ਪਿਆਇਆ ਈ? ਕਹਿਣ ਲੱਗਾ ਬਾਬਾ ਜੀ ਤੁਸੀਂ ਦੁੱਧ ਦੀ ਗੱਲ ਕਰਦੇ ਹੋ, ਘਰ ਵਾਲੀ ਦਾ ਸੁਭਾਅ ਇੰਨਾ ਅਥਰਾ ਏ, 7 ਸਾਲ ਹੋ ਗਏ ਮੈਂ ਤੇ ਮਾਂ ਨੂੰ ਕਦੇ ਬੁਲਾਇਆ ਹੀ ਨਹੀਂ।